ਹੈਲੋ एवरीवन वेलकम यू ऑल ਇਨ ਯਰ ਓਨ ਚੈਨਲ ਲਰਨ एवरीथिंग ਸੋ ਅਪਾ ਕਰ ਰਹੇ ਸੀ ਕੈਮਿਸਟਰੀ ਕੈਮਿਸਟਰੀ ਦੇ ਵਿੱਚ ਆਪਾਂ ਇਕਵਿਲੀਬਰੀਅਮ ਚੈਪਟਰ ਕੰਪਲੀਟ ਕਰ ਲਿਆ ਹੈ ਨੈਕਸਟ ਅਸੀਂ ਥਰਮੋਡਾਇਨਾਮਿਕਸ ਸਟਾਰਟ ਕਰਾਂਗੇ ਸਿਲੇਬਸ ਦੇ ਅਕੋਰਡਿੰਗ ਚੱਲਾਂਗੇ ਸਿਲੇਬਸ ਦੇ ਵਿੱਚ ਫਰਸਟ ਜਿਹੜਾ ਥਰਮੋਡਾਇਨਾਮਿਕਸ ਦੇ ਕੁਝ ਫੰਡਾਮੈਂਟਲਸ ਜਿਹੜੇ ਆ ਉਹਦੇ ਬਾਰੇ ਦੱਸਿਆ ਹੋਇਆ ਫਿਰ ਸਿਸਟਮ ਐਂਡ ਸਰੌਂਡਿੰਗ ਦੈਨ ਇੰਟੈਂਸਿਵ ਐਕਸਟੈਂਸਿਵ ਪ੍ਰੋਪਰਟیز ਦੈਨ ਵਾਟ ਇਜ਼ ਦਾ ਸਟੇਟ ਫੰਕਸ਼ਨ ਸਟੇਟ ਵਰੀਏਬਲਸ ਐਲੈਕਟਰਾ ਮਤਲਬ ਕਿ ਇਹ ਚੀਜ਼ ਆਪਾਂ ਇਸ ਵੀਡੀਓ ਦੇ ਵਿੱਚ ਸਟ ਸੋ ਫਰਸਟ ਇਜ਼ ਥਰਮੋਡਾਇਨਾਮਿਕਸ ਥਰਮੋਡਾਇਨਾਮਿਕਸ ਕੀ ਹੈ ਦਾ ব্রাঞ্চ ਆਫ ਸਾਇੰਸ ਵਿਚ ਡੀਲ ਵਿਦ ਦਾ ਸਟਡੀ ਆਫ ਡਿਫਰੈਂਟ ਫਾਰਮ ਆਫ એનર્ਜੀ ਐਂਡ देयर ਇੰਟਰ ਕਨਵਰਜਨ ਇਜ਼ ਕਾਲਡ ਥਰਮੋਡਾਇਨਾਮਿਕਸ ਸੋ ਥਰਮੋਡਾਇਨਾਮਿਕਸ ਇੱਕ ব্রাঞ্চ ਹੈ ਸਾਇੰਸ ਦੀ ਜਿਹੜੀ ਡੀਲ ਕਰਦੀ ਕਿ ਨਾਲ ਸਟਡੀ ਆਫ ਡਿਫਰੈਂਟ ਫਾਰਮ ਆਫ એનર્ਜੀ એનર્ਜੀ ਦੀਆਂ ਅਲੱਗ-ਅਲੱਗ ਫਾਰਮਸ ਤੇ ਉਹਨਾਂ ਦੀ ਇੰਟਰ ਕਨਵਰਜਨ ਠੀਕ ਹੈ ਉਹਨਾਂ ਨੂੰ ਕਿੱਦਾਂ ਕਨਵਰਟ ਕੀਤਾ ਜਾਂਦਾ ਇੱਕ ਇੱਕ ਫਾਰਮ ਤੋਂ ਦੂਸਰੀ ਫਾਰਮ ਅਸੀਂ ਉਹ ਸਾਰਾ ਪੜ੍ਹਨਾ ਹੈਗਾ ਥਰਮੋਡਾਇਨਾਮਿਕ ਦੇ ਵਿੱਚ ਫਰਸਟ ਆਫ ਅਲ ਤਾਂ ਇਹ ਕਲੀਅਰ ਹੋਣਾ ਚਾ ਹੁਣ ਇਹ ਸਾਡੇ ਸਭ ਤੋਂ ਪਹਿਲਾ ਸਿਲੇਬਸ ਹੈ ਕਿ ਸਮ ਬੇਸਿਕ ਜਿਹੜੀਆਂ ਟਰਮਸ ਤੇ ਕਨਸੈਪਟ ਉਹਦੇ ਵਿੱਚ ਫਰਸਟ ਆਉਂਦਾ ਸਿਸਟਮ ਤੇ ਸਰਾਊਂਡਿੰਗ ਬਹੁਤ ਜ਼ਿਆਦਾ ਈਜ਼ੀ ਆ ਦੇਖੋ ਪਹਿਲਾਂ ਡੈਫੀਨੇਸ਼ਨ ਰੀਡ ਕਰਦੇ ਆ ਅ ਸਪੈਸੀਫਾਈਡ ਪਾਰਟ ਆਫ ਯੂਨੀਵਰਸ ਵਿਚ ਇਜ਼ ਅੰਡਰ ਆਬਜ਼ਰਵੇਸ਼ਨ ਮਤਲਬ ਕੋਈ ਵੀ ਪਾਰਟ ਸਿਸਟਮ ਮਤਲਬ ਪੂਰੇ ਯੂਨੀਵਰਸ ਵਿੱਚ ਤੁਸੀਂ ਲਾਈਕ ਕੋਈ ਵੀ ਪਾਰਟ ਲੈਂਦੇ ਹੋ ਜਿਹੜਾ ਅੰਡਰ ਆਬਜ਼ਰਵੇਸ਼ਨ ਹੈ ਜਿਹਨੂੰ ਤੁਸੀਂ ਆਬਜ਼ਰਵ ਕਰ ਰਹੇ ਹੋ ਥੈਟ ਇਜ਼ ਕਾਲਡ ਸਿਸਟਮ ਤੇ ਬਾਕੀ ਜੋ ਵੀ ਬਚਦਾ ਉਹ ਕੀ ਹੈ ਸਰਾਊਂਡਿੰਗ ਠੀਕ ਹੈ ਫਰਸਟ ਆਪਾਂ ਸਿਸਟਮ ਦੀ ਗੱਲ ਕੀਤੀ ਸਿਸਟਮ ਕੀ ਆ ਇੱਕ ਸਪੈ ਇਨੂੰ ਆਪਾਂ ਹੋਮੋਜੀਨियस ਕਹਿੰਦੇ ਆ ਜੇ ਫਿਜ਼ੀਕਲ ਤੇ ਉਹਦੀਆਂ ਕੈਮੀਕਲ ਪ੍ਰੋਪਰਟੀਆਂ ਆਈਡੈਂਟੀਕਲ ਹੋਣ throughout the system ਪੂਰੇ ਸਿਸਟਮ ਦੇ ਦੌਰਾਨ ਜੇ ਨਹੀਂ ਹੈਗੀ ਫਿਰ ਆਪਾਂ ਨੂੰ ਹੈਟਰੋਜੀਨियस ਕਹਿੰਦੇ ਆ ਠੀਕ ਹੈ ਸੋ ਇਹ ਤੁਹਾਨੂੰ ਪਤਾ ਹੋਮੋਜੀਨियस ਹੈਟਰੋਜੀਨियस ਦਾ ਮਤਲਬ ਅ ਹੋਮੋਜੀਨियस ਸਿਸਟਮ ਕੰਸਿਸਟ ਆਫ 1 ਫੇਸ ਵਾਈਲ ਹੈਟਰੋਜੀਕ ਕੀ ਹੋਣਗੇ ਇੱਕ ਤੋਂ ਜ਼ਿਆਦਾ ਫੇਸ ਹੋਣਗੇ ਨਾ ਇਹ ਦੇਖੋ ਜਿੱਦਾਂ ਹੋਣਾ ਬੀਕਰ ਦੇ ਵਿੱਚ ਪਾਣੀ ਹੈਗਾ ਆ ਠੀਕ ਹੈ ਤੁਸੀਂ ਇਹਨੂੰ ਅਬਜ਼ਰਵ ਕਰ ਰਹੇ ਹੋ ਇਹ ਸਿਸਟਮ ਹੋ ਗਿਆ ਬਾਕੀ ਆਲੇ ਦੁਲੇ ਜੋ ਵੀ ਬਚਦਾ ਉਹ ਕੀ ਆ ਸਰਾਊਂਡਿੰਗ ਠੀਕ ਹੈ ਸਰਾਊਂਡਿੰਗ ਕੀ ਆ ਜੋ ਵੀ ਦਰਮੇਨਿੰਗ ਪੋਰਸ਼ਨ ਆਫ ਦਾ ਯੂਨੀਵਰਸ ਜਿਹੜਾ ਬਾਕੀ ਬਚ ਗਿਆ ਪੋਰਸ਼ਨ ਉਹ ਕੀ ਆ ਸਰਾਊਂਡਿੰਗ ਜੇ ਤੁਸੀਂ ਸਿਸਟਮ ਤੇ ਸਰਾਊਂਡਿੰਗ ਦੋਨਾਂ ਨੂੰ ਜੋੜ ਲਿਓ ਕਿ ਯੂਨੀਵਰਸ ਹੀ ਆ ਸਿਸਟਮ ਉਹ ਪਾਰਟ ਆ ਜਿਹੜਾ ਅੰਡਰ ਆਬਜ਼ਰਵੇਸ਼ਨ ਆ ਬਾਕੀ ਚ ਵਾਲੇ ਦਲੇ ਬਚ ਗਿਆ ਸਰਾਊਂਡਿੰਗ ਸ ਦੋਨਾਂ ਨੂੰ ਮਿਲਾ ਦਈਏ ਤੇ ਕੀ ਬਣ ਗਿਆ ਯੂਨੀਵਰਸ ਹੀ ਬਣ ਗਿਆ ਅਗੇਨ ਠੀਕ ਹੈ ਸੋ ਨੈਕਸਟ ਚੱਲਦੇ ਆਪਾਂ

ਇਹ ਹੋਂ ਦਾ ਬੇਸਿਸ ਆਫ ਮੂਵਮੈਂਟ ਆਫ ਮੈਟਰ ਐਂਡ એનર્ਜੀ ਕੀਤੀ ਗਈ ਹੈ ਠੀਕ ਹੈ ਇਨ ਦਾ ਸਿਸਟਮ অর ਆਊਟ ਦਾ ਸਿਸਟਮ ਕਿਦਾਂ ਮੈਟਰ ਜਾਂ એનર્ਜੀ ਸਿਸਟਮ ਦੇ ਅੰਦਰੋਂ ਬਾਹਰ ਜਾਂਦੇ ਆ ਬਾਹਰੋਂ ਅੰਦਰ ਆਉਂਦੇ ਆ ਉਹ ਪੂਰੀ ਟਰਾਂਸਫਰ ਦੇ ਆਧਾਰ ਤੇ ਹੀ ਆਪਾਂ ਜਿਹੜਾ ਇਹਦੀ ਕਲਾਸੀਫਿਕੇਸ਼ਨ ਕੀਤੀ ਹੋਈ ਹੈ ਠੀਕ ਹੈ ਸੋ ਆਪਾਂ ਦੇਖਦੇ ਆ ਇਹ ਕਲਾਸੀਫਿਕੇਸ਼ਨ ਇੰਪੋਰਟੈਂਟ ਹੈਗੀ ਆ ਇਹਨੂੰ ਧਿਆਨ ਨਾਲ ਆਪਾਂ ਪੜਾਂਗੇ ਸਮਝਾਂਗੇ ਇਹਨੂੰ ਦੇਖੋ ਓਪਨ ਸਿਸਟਮ ਕੀ ਆ ਅ ਸਿਸਟਮ ਵਿਚ ਕੈਨ ਐਕਸਚੇਂਜ ਮੈਟਰ ਐਸ ਵੈਲ ਐਸ એનર્ਜੀ ਵਿਦ ਸਰਾਊਂਡਿੰਗ ਜਿਹੜਾ ਇਦਾਂ ਦਾ ਕੋਈ ਸਿਸਟਮ ਜਿਹੜਾ ਆਪਣੀ એનર્ਜੀ ਤੇ ਮੈਟਰ ਦੋਨੋਂ ਹੀ ਆਲੇ ਦੁਆਲੇ ਸਰਾਊਂਡਿੰਗ ਦੇ ਨਾਲ ਐਕਸਚੇਂਜ ਕਰ ਸਕੇ ਮਤਲਬ ਜੋਦੇ ਚ ਮੈਟਰ ਆ ਉਹ ਵੀ ਐਕਸਚੇਂਜ ਹੋ ਜਵੇ ਜੇ એનર્ਜੀ ਉਹ ਵੀ ਐਕਸਚੇਂਜ ਹੋ ਜਵੇ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਓਪਨ ਕੱਪ ਦੇ ਵਿੱਚ ਮੰਨ ਲਓ ਪਾਣੀ ਗਰਮ ਪਾਣੀ ਜਾਂ ਚਾਹ ਆ ਉਹਨੂੰ ਰੱਖ ਦਿੱਤਾ ਠੀਕ ਹੈ ਉੱਪਰੋਂ ਕੱਪ ਵੀ ਜਿਹੜਾ ਓਪਨ ਹੈਗਾ ਟੱਕਿਆ ਨਹੀਂ ਹੈਗਾ ਉਹਦੇ ਨਾਲ ਕੀ ਹੋਏਗਾ એનર્ਜੀ ਤਾਂ ਐਕਸਚੇਂਜ ਹੋਣੀ ਹੀ ਹੋਣੀ ਆ ਉਹ ਥੋੜੇ ਦੇ ਬਾਅਦ ਠੰਡਾ ਹੋ ਜਾਣਾ ਹੈਨਾ ਹੀਟ ਆਲਵੇਸ ਫਲੋ ਫਰਮ ਹਾਈ ਟੈਂਪਰੇਚਰ ਟੂ ਲੋ ਹੈਨਾ ਤੋਂ ਨਾਲ ਥੋੜਾ ਮੈਟਰ ਵੀ ਹੋ ਜਾਏਗਾ ਕਿ ਠੀਕ ਹੈ ਸੋ ਮੈਟਰ ਵੀ ਚੇਂਜ ਹੋ ਐਕਸਚੇਂਜ ਹੋ ਗਿਆ ਸਰਾਊਂਡਿੰਗ ਦੇ ਨਾਲ ਤੇ એનર્ਜੀ ਵੀ ਐਕਸਚੇਂਜ ਹੋ ਗਈ ਤਾਂ ਆਪਾਂ ਉਹਨੂੰ ਕੀ ਕਿਹਾ ਓਪਨ ਸਿਸਟਮ ਕਲੀਅਰ ਫੋਰ ਐਗਜ਼ਾਮਪਲ ਹੌਟ ਕਾਫੀ ਇਨ ਓਪਨ ਫਲਾਸਕ ਇਸ ਦਾ ਐਗਜ਼ਾਮਪਲ ਆਫ ਓਪਨ ਸਿਸਟਮ ਬਿਕੋਜ਼ ਇਟ ਕੈਨ ਗੇਨ অর ਲਾਸ ਮੈਟਰ ਐਸ ਵੈਲ ਐਜ਼ એનર્ਜੀ ਠੀਕ ਹੈ ਨੈਕਸਟ ਦੇਖੋ ਜੇ ਅਸੀਂ ਦੇਖਦੇ ਹਾਂ ਕਲੋਸਡ ਸਿਸਟਮ ਦੀ ਸੋ ਪਹਿਲਾਂ ਆਪਾਂ ਕਲੋਸਡ ਸਿਸਟਮ ਦੇਖਾਂਗੇ ਕਲੋਸਡ ਸਿਸਟਮ ਕੀ ਆ ਅ ਸਿਸਟਮ ਵਿਚ ਕੈਨ ਐਕਸਚੇਂਜ એનર્ਜੀ ਬਟ ਨਾਟ ਮੈਟਰ ਜਿਹੜਾ ਐਕਸਚੇਂਜ ਕਰੇ ਸਿਰਫ એનર્ਜੀ ਮੈਟਰ ਨੂੰ ਐਕਸਚੇਂਜ ਨਾ ਕਰ ਪਵੇ ਕਿ ਐਕਸਚੇਂਜ ਕਰੇ ਸਿਰਫ એનર્ਜੀ ਨਾਟ ਮੈਟਰ ਉਹਨੂੰ ਆਪਾਂ ਕਿਹਦੇ ਵਿੱਚ ਲਵਾਂਗੇ ক্লোਜ਼ ਸਿਸਟਮ ਦੇ ਵਿੱਚ ਜਿਹਦਾ ਹੌਟ ਕਾਫੀ ਲਈ ਆ ਬਟ ਹੁਣ ਜਿਹੜਾ ਆ ਉਹ ਲਈ ਇਨ ਦੀ ਸਟੇਨਲੈਸ ਫਲਾਸਕ ਮਤਲਬ ক্লোਜ਼ ਸਿਸਟਮ ਦੇ ਵਿੱਚ ਲੈਣੀ ਆ ਮਤਲਬ ক্লোਜ਼ ਉੱਪਰੋਂ ਬੰਦ ਕਰ ਦੇਣਾ ਜੇ ਤੁਸੀਂ ਉੱਪਰੋਂ ਬੰਦ ਕਰਦੇ ਤਾਂ ਮੈਟਰ ਤਾਂ ਸ਼ਿਪ ਵੇਪਰ ਬਣਨਗੇ ਵੀ ਵਾਪਸ ਉਹ ਕੰਡੈਂਸ ਹੋ ਜਾਣਗੇ ਹੈਨਾ ਕਿਉਂਕਿ ਉੱਪਰ ਢੱਕ ਦਿੱਤਾ ਤੁਸੀਂ ਉਹਨੂੰ ਤੇ ਬਟ ਠੰਡੀ ਤਾਂ ਹੋ ਜਾਏਗੀ ਨਾ ਥੋੜੀ ਦੇਰ ਬਾਅਦ دیرਵਲ ਉਹ ਜੋ ਵੀ ਕਾਫੀ ਹੋਏਗੀ ਚਾਹ ਜਾਂ ਪਾਣੀ ਜੋ ਵੀ ਹੋਏਗਾ ਦੇਚ ਗਰਮ ਉਹ ਠੰਡਾ ਤਾਂ ਹੋ ਜਾਏਗਾ ਥੋੜੀ ਦੇਰ ਬਾਅਦ ਮਤਲਬ એનર્ਜੀ ਐਕਸਚੇਂਜ ਕਰ ਲਈ ਬਟ ਉਹਨੇ ਮੈਟਰ ਐਕਸਚੇਂਜ ਨਹੀਂ ਕੀਤਾ ਤੈਨੂੰ ਬੋਲਦੇ ਆਪਾਂ ক্লোਜ਼ਡ ਸਿਸਟਮ ਠੀਕ ਹੈ ਇਹ ਕੁਝ ਐਗਜ਼ਾਮਪਲ ਹੋਰ ਹੈਗੀਆਂ ਫॉर ਹੀਟਿੰਗ ਆਫ ਹਾਈਡਰੋਜਨ ਆਇਓਡਾਈਡ ਇਨ ਦਾ ਸੀਲਡ ਗਲਾਸ ਬਲਬ ਠੀਕ ਹੈ ਇਹ ক্লোজ সিস্টেম ਆ बिकॉज देयर इज एक्सचेंज ऑफ हीट एनर्जी फ्रॉम सराउंडिंग एनर्जी एक्सचेंज ਹੋ ਰਹੀ ਬਟ ਮੈਟਰ ਜਿਹੜਾ এক্সচেਜ ਨਹੀਂ ਹੋ ਰਿਹਾ ਸੋ ਇਦਾਂ एग्जांपलਸ ਜਰੂਰ ਧਿਆਨ ਚ ਰੱਖ ਲੈਣੀਆਂ ਪੁੱਛਿਆ ਜਾ ਸਕਦੀਆਂ ਆਈਸੋਲੇਟਡ ਸਿਸਟਮ ਦੇਖੋ ਕੀ ਆ ਇਦਾਂ ਦਾ ਸਿਸਟਮ ਵਿੱਚ ਕੈਨ ਨਾਈਦਰ এক্সচেਜ ਮੈਟਰ ਨਾ ਆਪਣਾ ਮੈਟਰ এক্সচেਜ ਕਰ ਰਿਹਾ ਨਾ એનર્ਜੀ ਸਰਾਊਂਡਿੰਗ ਦੇ ਨਾਲ ਕੁਝ ਵੀ ਨਹੀਂ ਚੇਂਜ ਹੋ ਰਿਹਾ ਨੂੰ ਕਹਿੰਦੇ ਆਈਸੋਲੇਟ ਆਈਸੋਲੇਟਡ ਹੈ देयर इज नो ਪਰਫੈਕਟਲੀ ਆਈਸੋਲੇਟਡ ਸਿਸਟਮ ਅਜੇ ਤੱਕ ਕੋਈ ਪਰਫੈਕਟਲੀ ਆਈਸੋਲੇਟਡ ਸਿਸਟਮ ਨਹੀਂ ਹੁੰਦਾ ਹਾਊਐਵਰ ਸਿਸਟਮ ਵਿੱਚ ਕੰਪਲੀਟਲੀ ਸੀਲਡ ਕੀਤਾ ਗਿਆ ਠੀਕ ਹੈ ਟੂ ਦਾ ਪ੍ਰਵੈਂਟਡ ਇਨਫਲੋ ਯਾ ਆਊ ਦੇਰ ਇਸ ਥਰਮਲੀ ਇਨਸੂਲੇਟੀਟਿ ਦਾ ਆਪਾਂ ਥਰਮੋਫਲਾਸਕ ਲੈ ਲੈਂਦੇ ਉਹਦੇ ਵਿੱਚ ਚਾਹ ਕਾਫੀ ਗਰਮੀ ਰਹਿੰਦੀ ਹੈ ਹਨਾ ਅਸੀਂ ਉਹਨੂੰ ਕਹਿ ਦਿੰਨੇ ਆ ਕਿਉਂਕਿ ਉਹ ਚ એનર્ਜੀ ਦਾ ਐਕਸਚੇਂਜ ਹੀ ਨਹੀਂ ਹੋ ਰਿਹਾ ਚਾਹ ਗਰਮ ਦੀ ਗਰਮ ਰਹੀ ਠੰਡੇ ਦੀ ਠੰਡੀ ਬਟ ਐਦਾਂ ਨਹੀਂ ਹੋਣਾ ਕਿ ਉਹ ਮਹੀਨਿਆਂ ਤੱਕ ਐਦਾਂ ਹੀ ਰਹਿਣੀ ਹੈ ਬਟ ਸੋ ਇਸੇ ਲਈ ਆਪਾਂ ਕਹਿੰਦੇ ਆ ਕਿ ਪਰਫੈਕਟਲੀ ਆਈਸੋਲੇਟਿਡ ਸਿਸਟਮ ਨਹੀਂ ਹੁੰਦਾ ਇੱਥੇ ਐਗਜ਼ਾਮਪਲ ਸਿਰੂ ਲੈ ਲਈਏ ਇਹਦੀ ਠੀਕ ਹੈ ਮਤਲਬ ਇਹ ਨਾ ਮੈਟਰ ਗੇਨ ਨਾ ਗੇਨ ਲਾਸ ਕਰ ਰਿਹਾ ਨਾ ਊਰਜੀ ਲਾਸ ਕਰ ਰਿਹਾ ਇਸ ਕਰਕੇ ਉਸ ਟਾਈਮ ਲਈ ਆਪਾਂ ਇਹਨੂੰ ਕਿਹਾ ਆਈਸੋਲੇਟਿਡ ਸਿਸਟ ਇਕ ਕੁਝ ਐਗਜ਼ਾਮਪਲ ਦਿਖਾਈਆਂ ਦੇਖੋ ਓਪਨ ਸਿਸਟਮ ਚ ਮੈਟਰ ਵੀ ਐਕਸਚੇਂਜ ਹੋ ਰਿਹਾ ਐ એનર્ਜੀ ਵੀ ਅੰਦਰੋਂ ਬਾਹਰ ਬਟ ਇਹਦੇ ਵਿੱਚ ਮੈਟਰ ਜਿਹੜਾ ਉਹ ਐਕਸਚੇਂਜ ਨਹੀਂ ਹੋ ਰਿਹਾ ਕੱਲੀ એનર્ਜੀ ਐਕਸਚੇਂਜ ਹੋ ਰਹੀ ਹੈ ਠੀਕ ਹੈ ਇਹਦੇ ਵਿੱਚ ਦੋਨੋਂ ਹੀ ਚੇਂਜ ਹੋ ਰਹੇ ਠੀਕ ਸੋ ਇਸੇ ਐਗਜ਼ਾਮਪਲਸ ਲੈ ਲਈਏ ਨੈਕਸਟ ਉਨ ਲਿਖਿਆ 올 ఫిਜ਼ੀਕਲ ਐਂਡ ਕੈਮੀਕਲ ਪ੍ਰੋਸੈਸ ਟੇਕਿੰਗ ਇਨ ਦਾ ਓਪਨ ਇਨ आवर ਡੇਲੀ ਲਾਈਫ ਡੇਲੀ ਲਾਈਫ ਚਾਹਤਰ ਓਪਨ ਸਿਸਟਮ ਹੀ ਤਨੂ ਦੇਖਣ ਨੂੰ ਮਿਲੇਗਾ ਕਿਉਂਕਿ ਕੰਟੀਨਿਉਇਟੀ ਅਸੀਂ એનર્ਜੀ ਤੇ ਮੈਟਰ ਦੋਨੋਂ ਐਕਸਚੇਂਜ ਕਰਦੇ ਦੇਖਦੇ ਹਾਂ ਮ ਕੋ ਮੈਕਰੋਸਕੋਪਿਕ ਪ੍ਰੋਪਰਟیز ਹੈ ਥਰਮੋਡਾਇਨਾਮਿਕਸ ਡੀਲ ਵਿਦ ਮੈਟਰ ਇਨ ਟਰਮ ਆਫ ਬਲਕ ਸੋ ਬਲਕ ਲਾਰਜ ਨੰਬਰ ਆਫ ਕਹਿ ਸਕਦੇ ਆ ਲਾਰਜ ਨੰਬਰ ਦੇ ਵਿੱਚ ਡੀਲ ਕਰਦਾ ਆ ਲਾਰਜ ਨੰਬਰ ਆਫ ਕੈਮੀਕਲ ਸਪੀਸੀਜ਼ ਐਟਮ ਮੋਲੀਕਿਊਲ ਆਨ ਬਿਹੇਵੀਅਰ ਦਾ ਪ੍ਰੋਪਰਟੀ ਆਫ ਸਿਸਟਮ ਵਿਚ ਅਰਾਈਜ਼ ਫਰਮ ਦਾ ਬਲਕ ਬਿਹੇਵੀਅਰ ਇਟ ਦਾ ਬਲਕ ਬਿਹੇਵੀਅਰ ਹੋਣ ਤੋਂ ਜਿਹੜੀਆਂ ਪ੍ਰੋਪਰਟیز ਮਾਈਕਰੋ ਮੈਨ ਹੁੰਦੇ ਮੈਕਰੋ ਕੀ ਹੁੰਦਾ ਵੱਡਾ ਮਾਈਕਰੋ ਹੁੰਦਾ ਛੋਟਾ ਜਦੋਂ ਮੈਕਰੋ ਕਹਿੰਦਾ ਤਾਂ ਵੱਡੇ ਲੈਵਲ ਤੇ ਉਹਨਾਂ ਆਪਾਂ ਕਹਿ ਦਿੰਦੇ ਆ ਮੈਕਰੋਸਕੋਪਿਕ ਪ੍ਰੋਪਰਟیز ਐਗਜ਼ਾਮਪਲ ਇਹਦੀ ਵੋਲਿਊਮ ਟੈਂਪਰੇਚਰ ਸਰਫੇਸ ਟੈਨਸ਼ਨ ਵਿਸਕੋਸਟੀ ਡੈਂਸਿਟੀ ਰਿਫਲੈਕਟਿਵ ਇੰਡੈਕਸ ਇਨ ਥਰਮੋਡਾਇਨਾਮਿਕਸ ਦਾ ਮੈਕਰੋਸਕੋਪਿਕ ਪ੍ਰੋਪਰਟੀਆਂ ਨੂੰ ਡਿਵਾਈਡ ਕੀਤਾ ਦੋ ਇੰਟੈਂਸਿਵ ਤੇ ਐਕਸਟੈਂਸਿਵ ਠੀਕ ਹੈ ਐਕਸਟੈਂਸਿਵ ਐਂਡ ਇੰਟੈਂਸਿਵ ਇਹ ਦੋਨੇ ਇੰਪੋਰਟੈਂਟ ਹੈਗੀਆਂ ਠੀਕ ਹੈ ਸਿਲੇਬਸ ਦੇ ਵਿੱਚ ਵੀ ਸਪੈਸ਼ਲੀ ਮੈਂਸ਼ਨ ਹੈਗੇ ਦੋਨੇ ਨਾਮ ਸੋ ਆਪਾਂ ਇਹਨਾਂ ਨੂੰ ਜ਼ਰੂਰ ਕਰਾਂਗੇ ਫਸਟ ਆਫ ਅਲ ਐਕਸਟੈਂਸਿਵ ਪ੍ਰੋਪਰਟੀਆਂ ਕੀ ਹੁੰਦੀ ਹੈ ਦੇਖੋ ਐਕਸਟੈਂਸਿਵ ਪ੍ਰੋਪਰਟੀਆਂ ਕੀ ਹੈਗੀਆਂ ਦਾ ਪ੍ਰੋਪਰਟੀਆਂ ਆਫ ਦੀ ਸਿਸਟਮ ਹੂਜ਼ ਵੈਲਿਊ ਡਿਪੈਂਡ ਅਪ ਔਰ ਅਮਾਉਂਟ অর ਸਾਈਜ਼ ਆਫ ਸਬਸਟੈਂਸ ਪ੍ਰੈਜ਼ੈਂਟ ਇਨ ਦਾ ਸਿਸਟਮ ਦੀ ਕੋਈ ਮਤਲਬ ਇਦਾਂ ਦੀ ਕੋਈ ਪ੍ਰੋਪਰਟੀ ਜਿਹੜੀ ਡਿਪੈਂਡ ਕਰਦੀ ਹੈ ਕਿ ਉਸ ਸਿਸਟਮ ਦੇ ਅੰਦਰ ਅਮਾਉਂਟ ਕਿੰਨੀ ਹੈ ਤੇ ਉਹਦਾ ਸਾਈਜ਼ ਕਿੰਨਾ ਹੈ ਠੀਕ ਹੈ ਜਦੋਂ ਉਹ ਇਹਨਾਂ ਦੋਨਾਂ ਚੀਜ਼ਾਂ ਤੇ ਡਿਪੈਂਡ ਕਰਦੀ ਫਿਰ ਨੂੰ ਆਪਾਂ ਕਿਹਨੇ ਕਿਹਨੇ ਐਕਸਟੈਂਸਿਵ ਜਿਹਦਾ ਐਗਜ਼ਾਮਪਲ ਮਾਸ ਹੁਣ ਆਬਵੀਅਸਲੀ ਨਾ ਅਮਾਉਂਟ ਵਧੇਗੀ ਤੇ ਮਾਸ ਵਧੇਗਾ ਅਮਾਉਂਟ ਘਟੇਗੀ ਤੇ ਮਾਸ ਘਟੇਗਾ 댓 ਮੀਨਸ ਮਾਸ ਇੱਕ ਇਦਾਂ ਦੀ ਪ੍ਰੋਪਰਟੀ ਆ ਜਿਹੜੀ ਅਮਾਉਂਟ ਤੇ ਡਿਪੈਂਡ ਕਰਦੀ ਪਈ ਆ ਸਾਈਜ਼ ਤੇ ਵੀ ਡਿਪੈਂਡ ਕਰਦੀ ਵੋਲਿਊਮ ਠੀਕ ਹੈ ਥੋੜੀ ਚੀਜ਼ ਹੋएगी ਥੋੜੀ ਜਿਹਾ ਕਿ ਰੀਵੋਲੀਅਮ ਦਾ ਆਟਾ ਜਦੋਂ ਨੇ ਜਿਆਦਾ ਜਿਹਾ ਕਿ ਰੀਵੋਲੀਅਮ ਜ਼ਿਆਦਾ ਸੋ ਕਿਤੇ ਨਾ ਕਿਤੇ ਅਮਾਉਂਟ ਤੇ ਡਿਪੈਂਡ ਕਰ ਰਹੀ ਹੈ ਨਾ ਸੋ ਉਹਨੂੰ ਆਪਾਂ ਕੀ ਬੋਲਦੇ ਦੀ ਏਰੀਆ એનર્ਜੀ ਐਂਥਲਪੀ ਐਂਟਰੋਪੀ ਫ੍ਰੀ એનર્ਜੀ ਹੀਟ ਕੈਪੈਸਿਟੀ ਇਹ ਸਾਰੀਆਂ ਇਹ ਐਂਟਰੋਪੀ ਫ੍ਰੀ એનર્ਜੀ ਹੀਟ ਕੈਪੈਸਿਟੀ ਅਸੀਂ ਅੱਗੇ ਗਏ ਹੈ ਚੈਪਟਰ ਸਾਰੀਆਂ ਚੀਜ਼ਾਂ ਪੜ੍ਹਣੀਆਂ ਹੈ ਠੀਕ ਹੈ ਸੋ ਫਿਲਹਾਲ ਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਐਕਸਟੈਂਸਿਵ ਪ੍ਰੋਪਰਟੀਆਂ ਆ ਕਿਉਂ ਜਿਹੜੀਆਂ ਕੀ ਕਰਦੀਆਂ ਪਈਆਂ ਡਿਪੈਂਡ ਕਰਦੀਆਂ ਪਈਆਂ ਅਮਾਉਂਟ ਤੇ ਸਾਈਜ਼ ਜ ਜੀ ਗੱਲ ਕਰੀਏ ਇੰਟੈਂਸਿਵ ਪ੍ਰੋਪਰਟੀ ਸੀ ਉਹ ਉਹ ਪ੍ਰੋਪਰਟੀਆਂ ਜਿਹੜੇ ਡਿਪੈਂਡ ਨਹੀਂ ਕਰਦੀਆਂ ਆਈ ਤੋਂ ਇੰਟੈਂਸਿਵ ਆਈ ਤੋਂ ਇੰਡੀਪੈਂਡੈਂਟ ਯਾਦ ਰੱਖਿਓ ਆਈ ਤੋਂ ਇੰਡੀਪੈਂਡੈਂਟ ਯਾਨੀ ਜਿਹੜੀ ਇੰਡੀਪੈਂਡੈਂਟ ਆ ਮਾਊਂਟ ਆਫ ਸਾਈਜ਼ ਆ ਸਬਸਟੈਂਸ ਇਦਾਂ ਦੀ ਕੋਈ ਪ੍ਰੋਪਰਟੀ ਸਿਸਟਮ ਦੀ ਜਿਹੜੀ ਉਹਦੇ ਅੰਦਰ ਕਿੰਨਾ ਅਮਾਊਂਟ ਹੈਗੀ ਇਹ ਸਬਸਟੈਂਸ ਦੀ ਉੱਤੇ ਡਿਪੈਂਡ ਨਹੀਂ ਕਰਦੀ ਐਗਜ਼ਾਮਪਲ ਹੈ ਰਿਹਾ ਟੈਂਪਰੇਚਰ ਠੀਕ ਹੈ ਇਦਾਂ ਥੋੜਾ ਹੋਏਗਾ ਥੋੜੀ ਜਿਹੀ ਥੋੜੀ ਜੀ ਚੀਜ਼ ਹੈ ਟੈਂਪਰੇਚਰ ਘੱਟਾ ਜ਼ਿਆਦਾ ਇਦਾਂ ਨਹੀਂ ਠੀਕ ਹੈ ਸੋ ਪ੍ਰੈਸ਼ਰ ਵਿਸਕੋਸਿਟੀ ਸਰਫੇਸ ਟੈਂਸ਼ਨ ਡਾਇਲੈਕਟ੍ਰਿਕ ਕਨਸਟੈਂਟ ਸਪੈਸਿਫਿਕ ਹੀਟ ਕੈਪੈਸਿਟੀ ਵੇਪਰ ਪ੍ਰੈਸ਼ਰ ਹੁਣ ਵੇਪਰ ਪ੍ਰੈਸ਼ਰ ਉਨਾ ਹੀ ਰਹੇਗਾ ਥੋੜੀ ਅਮਾਉਂਟ ਲੈ ਲਓ ਜਾਂ ਜ਼ਿਆਦਾ ਲੈ ਲਓ ਰਿਫ੍ਰੈਕਟਿਵ ਇੰਡੈਕਸ ਕਲੀਅਰ it may be noted that the extensive property may become intensive ਜਿਹੜੀਆਂ ਐਕਸਟੈਂਸਿਵ ਹਨ ਉਹ ਵੀ ਇੰਟੈਂਸਿਵ ਬਣ ਜਾਂਦੀਆਂ ਬਾਈ ਸਪੈਸੀਫਾਈਂਗ ਯੂਨਿਟ ਅਮਾਊਂਟ ਆਫ ਅ ਸਬਸਟੈਂਸ ਜਦੋਂ ਸਪੈਸੀਫਾਈ ਕਰ ਦਿੰਦੇ ਤੁਸੀਂ ਉਹਦੀ ਯੂਨਿਟ ਅਮਾਊਂਟ ਨੂੰ ਠੀਕ ਹੈ ਜਦੋਂ ਤੁਸੀਂ ਸਪੈਸੀਫਾਈ ਕਰੋਗੇ ਫਿਰ ਜਿਹੜੀਆਂ ਐਕਸਟੈਂਸਿਵ ਵੀ ਸੀਗੀਆਂ ਉਹ ਵੀ ਕੀ ਬਣ ਜਾਣਗੀਆਂ ਇੰਟੈਂਸਿਵ ਫਾਰ ਇਗਜ਼ਾਮਪਲ ਮਾਸ ਐਂਡ ਵੋਲਿਊਮ ਹੈਗੀਆਂ ਐਕਸਟੈਂਸਿਵ ਪ੍ਰੋਪਰਟੀ ਆ ਬਟ ਡੈਂਸਿਟੀ ਲੈ ਲੋ ਡੈਂਸਿਟੀ ਕੀ ਹੁੰਦੀ ਮਾਸ ਪਰ ਯੂਨਿਟ ਵੋਲਿਊਮ ਇਹ ਹੁੰਦੀ ਨਾ ਤੋਂ ਉਹ ਕੀ ਬਣ ਜਾਣਗੀਆਂ ਇੰਟੈਂਸਿਵ ਹੋ ਗਿਆ ਨਾ ਸੋ ਇਦਾਂ ਹੋ ਜਾਂਦਾ स्पैसीफाई कर देता पर यूनिट वॉल्यूम एंड स्पैसीफाइड वॉल्यूम वॉल्यूम पर यूनिट मास यार फिर देखो एक्सटेंसिव टू पूछा किए स्टेटमेंट वाइज क्वेश्चन पुट किए जाते हैं सो तो पता होना चाहिए देखो लिखा हुआ एक्सटेंसिव प्रॉपर्ट जब मास अपा वॉल्यूम दोनों एक्सटेंसिव सेव ऑन एक्सटेंसिव की बन गया नवी डेंसिटी इनटेंसिव बन गया मोल ऑफ ਕੰਪੋਨੈਂਟ ਟੋਟਲ ਮੂਲਸ ਮੂਲ ਫ੍ਰੈਕਸ਼ਨ ਹੀ ਬਣ ਗਈ ਇੰਟੈਂਸਿਵ ਐਕਸਟੈਂਸਿਵ ਸੀਗਾ ਸੋ ਐਕਸਟੈਂਸਿਵ ਤੋਂ ਆਪਾਂ ਇੰਟੈਂਸਿਵ ਪ੍ਰੋਪਰਟੀਆਂ ਬਣਾ ਸਕਦੇ ਹਾਂ ਠੀਕ ਹੈ ਇਹ ਦੱਸੀ ਹੋਈ ਆ ਮੋਲ ਫ੍ਰੈਕਸ਼ਨ ਕਾਈ ਐਮ ਲੈ ਲਿਆ ਉਹਨੂੰ ਇਹ ਵੈਲਿਊ ਹੈਗੀ ਐਕਸਟੈਂਸਿਵ ਪ੍ਰੋਪਰਟੀ ਕਾਈ ਆਫ ਦਿਸ ਸਿਸਟਮ 1 ਮੋਲ ਠੀਕ ਹੈ ਇਹ ਵੈਲਿਊਜ਼ ਲਿਖੀਓ ਸੋ ਦ ਮੋਲਰ ਪ੍ਰੋਪਰਟੀ ਇਜ਼ ਕੀ ਹੋ ਗਈ ਇੰਟੈਂਸਿਵ ਪ੍ਰੋਪਰਟੀ ਹੋ ਗਈ ਦਿ ਮੋਲਰ ਵੋਲਿਊਮ ਜਿੰਨਾ ਵੀ ਮੋਲਰ ਲੱਗਾ ਹੋਇਆ ਹੈ ਨਾ ਮੋਲਰ ਠੀਕ ਹੈ ਸਪੈਸੀਫਾਈ ਕਰ ਦਿੱਤਾ ਤੁਸੀਂ ਉਹ ਹੋ ਜਾਣੀ ਆ ਇੰਟੈਂਸਿਵ ਇਟ ਮੇ ਬੀ ਅਨ ਪ੍ਰੈਸ਼ਰ ਕਿੰਦਾ ਫੋਰਸ ਪਰ ਯੂਨਟ ਏਰੀਆ ਤੋਂ ਕੀ ਬਣ ਗਿਆ ਇੰਟੈਂਸਿਵ ਪ੍ਰੋਪਰਟੀ ਬਿਕੋਜ਼ ਫੋਰਸ ਐਕਸਰਟਡ ਪਰ ਯੂਨਟ ਏਰੀਆ ਸੋ ਜਦੋਂ ਨੇ ਤੁਸੀਂ ਸਪੈਸੀਫਾਈ ਕਰ ਰਹੇ ਹੋ ਉਹ ਇੰਟੈਂਸਿਵ ਬਣੀ ਜਾ ਰਹੀ ਹੈ ਠੀਕ ਹੈ ਇਟ ਮੇ ਬੀ ਨੋਟਿਡ ਦੈਟ ਦ ਐਕਸਟੈਂਸਿਵ ਪ੍ਰੋਪਰਟیز ਆਰ ਐਡੀਟਿਵ ਬਟ ਇੰਟੈਂਸਿਵ ਪ੍ਰੋਪਰਟੀ ਆਰ ਨਾਟ ਇਹ ਵੀ ਧਿਆਨ ਰੱਖਣਾ ਜਿਹੜੀਆਂ ਐਕਸਟੈਂਸਿਵ ਪ੍ਰੋਪਰਟیز ਆ ਉਹ ਐਡੀਟਿਵ ਆ ਬਟ ਜਿਹੜੀਆਂ ਇੰਟੈਂਸਿਵ ਪ੍ਰੋਪਰਟیز ਆ ਉਹ ਐਡੀਟਿਵ ਨਹੀਂ ਹੈਗੀ ਠੀਕ ਹੈ ਪੁਆਇੰਟ ਜਿਹੜਾ ਤੁਸੀਂ ਨੋਟ ਡਾਊਨ ਕਰ ਲੈਣਾ ਨੈਕਸਟ ਦੇਖੋ ਸਟੇਟ बस हैगा सोने पढ़ते हैं स्टेट ऑफ सिस्टम फस्ट ऑफ ऑल द स्टेट ऑफ सिस्टम मीनस कंडीशन ऑफ एगजिसटेंस ऑफ द सिस्टम वैन इट्स मैक्रोस्कोपिक प्रॉपर्टीज हैव डेफिनेट वैल्यू जो जो मैक्रोस्कोपिक प्रॉपर्टीज को डेफिनेट वैल्यू उस टाइम मतलब कंडीन ऑफ एगजिसटेंस की आ मतलब किस कंडीशन है आपका बोलिया वो स्टेट इफ एनी Of the macroscopic property of system changes, the state of system also changes. So, so मैक्रोस्कोपिक प्रॉपर्टी ਤੇ ਉਹ ਜੇ ਚੇਂਜ ਹੋਣਗੀਆਂ ਉਹਦੀ ਸਟੇਟ ਵੀ ਚੇਂਜ ਹੋ ਰਹੀ ਹੈ ਦਸ ਸਿਸਟਮ ਆਫ ਸਟੇਟ ਆਫ ਸਿਸਟਮ ਇਜ਼ ਫਿਕਸਡ ਬਾਈ ਕਿੱਥੋਂ ਹੁੰਦੀ ਆ ਮੈਕਰੋਸਕੋਪਿਕ ਪ੍ਰੋਪਰਟੀ ਤੋਂ ਇਹ ਧਿਆਨ ਰੱਖਣਾ ਹੈ ਪੁੱਛਿਆ ਜਾ ਸਕਦਾ ਨੈਕਸਟ ਸਟੇਟ ਵਰੀਏਬਲ ਜਿਹੜੀਆਂ ਮੇਜ਼ਰੇਬਲ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਚਾਹੀਦੀਆਂ ਡਿਸਕ੍ਰਾਈਬ ਕਰਨ ਲਈ ਹੁਣ ਮੈਂ ਸਟੇਟ ਦੱਸਣੀ ਕਿਸੇ ਸਿਸਟਮ ਦੀ ਮੈਂ ਕਿੱਦਾਂ ਦੱਸਾਂਗੀ ਇਹਦਾ ਟੈਂਪਰੇਚਰ ਇੰਨਾ ਦਾ ਪ੍ਰੈਸ਼ਰ ਇੰਨਾ ਵੋਲਿਊਮ ਇੰਨਾ ਹਨਾ ਇਹਦੇ ਦੱਸਾਂਗੀ ਸਟੇਟ ਦੱਸਣ ਲਈ ਕਿ ਇਹਦੀ ਸਟੇਟ ਐ ਇੰਨੇ ਟੈਂਪਰੇਚਰ ਤੇ ਇੰਨੇ ਤੇ ਆ ਸੋ ਉਹਦੀ ਸਟੇਟ ਨੂੰ ਦੱਸਣ ਇਹ ਟੈਂਪਰੇਚਰ ਪ੍ਰੈਸ਼ਰ ਵੋਲਿਊਮ ਨੂੰ ਬੋਲਦੇ ਆਪਾਂ ਸਟੇਟ ਵਰੀਏਬਲ ਠੀਕ ਹੈ ਸੋ ਇੱਕ ਹੋਰ ਗੱਲ ਦਸੀਆ ਇਟ ਮੇ ਬੀ ਨੋਟਿਡ ਦੈਟ ਫॉर ਡਿਸਕ੍ਰਾਈ빙 ਸਿਸਟਮ ਇਟ ਇਜ਼ ਨੋਟ ਨੈਸੈਸਰੀ ਟੂ ਸਪੈਸੀਫਾਈ ਦਾ ਵੈਲਿਊ ठीक uh, है ऑफ ऑल स्टेट स्पैसीफाई करने की जरूरत नहीं है फॉर एनी सिस्टम सर्टेन मिनीम नंबर ऑफ वेरेएबल सफिशियंट होंगे डिफाइन करने के जरूरी नहीं तो अभी पूरा स्पैसीफाई करने ठीक है बिकॉज द अदर वेरीएबल बिकम ऑटोमैटिकली फिर फिक्स हो जाने एंड उन्होंने डेफिनेट वैल्यू हो जाएगी फॉर एग्जाम्पलदा एक सिस्टम लो ठीक है आइडियल गैस द स्टेट ऑफ द सिस्टम ई बी डिफाइंड बाय ओनली थ्री वेरेएबल बहुत है पी वी एंड टी प्रैशर वॉल्यूम एंड टैम्परेचर ठीक है जो बाकी वेरीएल वो डिफाइन हो जाएगी तो ईजीली फिर कैलकुलेट एक तो ही हो जाएंगे ठीक है ये भी गलत ध्यान रखनी है होती नैक्सट है या स्टेट फंक्शन की होंगे स्टेट फंक्शन इज अ प्रॉपर्टी ऑफ अ सिस्टम हुज वैल्यू डिपेंड अपॉन द स्टेट ऑफ सिस्टम एंड इनडिपेंडेंट ऑफ द पाथ सो मतलब कि पाथ पर डिपेंड नहीं करती और मैनर वाई विच मतलब कि स्टेट उक तक मतलब एक स्टेट तो दूसरी स्टेट फंक्शन गया कि गया वो पाथ पर डिपेंड नहीं करेगा ठीक है वो सिर्फ डिपेंड करेगा ओनली अपॉन द स्टेट ऑफ द सिस्टम ठीक है एंड इनडिपेंडेंट सिर्फ स्टेट पर डिपेंड करेगा ਜਿੱਦਾਂ ਆਣੀ ਇੱਕ ਗੱਲ ਲਿਖਿਆ ਦਾ ਚੇਂਜ ਇਨ ਦਾ ਵੈਲਿਊ ਆਫ ਥੀਸ ਪ੍ਰੋਪਰਟੀਜ਼ ਡਿਪੈਂਡ ਓਨਲੀ ਪੋਨ ਦਾ ਇਨੀਸ਼ੀਅਲ ਐਂਡ ਫਾਈਨਲ ਵੈਲਿਊ ਹੈ ਸਿਮਲ ਇਨੀਸ਼ੀਅਲ ਕਿਦਾਂ ਸਟੇਟ ਸੀ ਤੇ ਫਾਈਨਲ ਕਿੱਥੇ ਪਹੁੰਚੇ ਹੋ ਬਸ ਆ ਕਿਹੜਾ ਰਸਤਾ ਫੋਲੋ ਕਰਕੇ ਕਿ ਉਹਦੇ ਤੇ ਡਿਪੈਂਡ ਨਹੀਂ ਮਤਲਬ ਪਾਥ ਫੋਲੋ ਤੇ ਮਤਲਬ ਪਾਥ ਕਿਹੜਾ ਫੋਲੋ ਕੀਤਾ ਉਹ ਤੇ ਡਿਪੈਂਡ ਨਹੀਂ ਹੈਗਾ ਸਮ ਕਾਮਨ ਜਿਹੜੇ ਸਟੇਟ ਫੰਕਸ਼ਨ ਹੈਗਾ ਜਿਹਦਾ ਪ੍ਰੈਸ਼ਰ ਟੈਂਪਰੇਚਰ ठीक है एंथैलपी सारे स्टेट फंक्शन है पूछा जाता कि वही पेपर चेहरे स्टेट फंक्शन है जेड सिर्फ इनिशियलते फाइनल वैल्यू पर डिपेंड करते हैं पाथ फॉलर डिपेंड नहीं करते याद रखने के वॉल्यूम प्रैशर टैंपरेचर इंटरनल एनर्जी एंथैलपिया तेन याद रखियो पिछले वाले इंपॉर्टेंट बाकी उदा अगर की करना थोड़ा होर कलैरिट हो जाएगी थर्मो डायनेमिक इकोलिब्रियम सिस्टम इज़ सैट टू बी इन थर्मोडाइनैमिक इकोलिब्रियम इफ माइक्रोस्कोपिक प्रॉपर्ट लाइक टैपरेचर प्रैशर चेंज नहीं हो रही टाइम के ਇਹਦੀਆਂ ਮੈਕਰੋਸਕੋਪਿਕ ਪ੍ਰੋਪਰਟੀਜ਼ ਜਿਹੜਾ ਟਾਈਮ ਦੇ ਨਾਲ ਨਹੀਂ ਚੇਂਜ ਹੋ ਰਹੀਆਂ ਤੇ ਆਪਾਂ ਉਹਨੂੰ ਕੀ ਕਹਿੰਦੇ ਆ ਸਿਸਟਮ ਕਾ ਦੇ ਵਿੱਚ ਆ ਥਰਮੋਡਾਇਨਾਮਿਕ ਇਕੁਇਲਿਬਰੀਅਮ ਦੇ ਵਿੱਚ ਕਲੀਅਰ ਨੈਕਸਟ ਦੇਖੋ ਇਹਦੇ ਵਿੱਚ ਟਾਈਪ ਆਫ ਪ੍ਰੋਸੈਸਿਸ ਬਹੁਤ ਇੰਪੋਰਟੈਂਟ ਹੈ ਵੀ ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ ਅਲੱਗ-ਅਲੱਗ ਕਿਹੜੇ ਟਾਈਪ ਪ੍ਰੋਸੈਸ ਜਿਹੜੇ ਪ੍ਰੋਸੈਸ ਹੋਰੇ ਆਈਸੋਥਰਮਲ ਦੇਖੋ ਆਈਸੋ ਮਤਲਬ ਸੇਮ ਰਹਿ ਰਿਹਾ ਥਰਮਲ ਮਤਲਬ ਥਰਮਲ ਤੋਂ ਥਰਮਾਮੀਟਰ ਥਰਮਾਮੀਟਰ ਤੋਂ ਯਾਦ ਰੱਖਣਾ ਟੈਂਪਰੇਚਰ ਜਿਹਦੇ ਵਿੱਚ ਟੈਂਪਰੇਚਰ ਕਨਸਟੈਂਟ ਰਹਿ ਰਿਹਾ ਇਦਾਂ ਦਾ ਠੀਕ ਹੈ ਇਨ ਅ ਸੱਚ ਸਿਸਟਮ ਹੀਟ ਇਜ਼ ਆਇਦਰ ਜਾਂ ਸਪਲਾਈ ਹੋਣੀ ਟੂ ਦਾ ਸਿਸਟਮ ਜਾਂ ਉਹ ਤੋਂ ਕਿ ਹੋਣੀ ਆ ਰਿਮੂਵ ਹੋਣੀ ਠੀਕ ਹੈ ਆਈਡੀਆਬੈਟਿਕ ਆਈਡੀਆਬੈਟਿਕ ਹੁੰਦਾ ਜਿਹਦੇ ਵਿੱਚ ਹੀਟ ਕਨਸਟੈਂਟ ਰਹੀ ਹੋਵੇ ਮਤਲਬ ਕੋਈ ਹੀਟ ਦਾ ਐਕਸਚੇਂਜ ਨਾ ਹੋਇਆ ਹੋਵੇ ਸਰਾਊਂਡਿੰਗ ਦੇ ਨਾਲ ਠੀਕ ਹੈ ਕੋਈ ਹੀਟ ਨਾ ਐਂਟਰ ਹੋਈ ਹੋਵੇ ਨਾ ਲੀਵ ਹੋਵੇ ਇਨ ਸੱਚ ਪ੍ਰੋਸੈਸ ਟੈਂਪਰੇਚਰ ਆਫ ਸਿਸਟਮ ਆਲਵੇਜ਼ ਚੇਂਜ ਜੇ ਟੈਂਪਰੇਚਰ ਚੇਂਜ ਹੁੰਦਾ ਦਾ ਸਿਸਟਮ ਇਨ ਵਿੱਚ ਸੱਚ ਪ੍ਰੋਸੈਸ ਅਕਰਾਰ ਉਹਨਕਨੇ ਆਪਾ ਥਰਮਲੀ ਇਨਸੂਲੇਟਿਡ ਫਰਮ ਦਾ ਸਰਾਊਂਡਿੰਗ ਮਤਲਬ ਉਹ ਸਰਾਊਂਡਿੰਗ ਤੋਂ ਇਨਸੂਲੇ ਨੈਕਸਟ ਆਈਸੋਬਾਰਿਕ ਬਾਰ ਕੀ ਦੇ ਯੂਨਿਟ ਹੁੰਦੇ ਪ੍ਰੈਸ਼ਰ ਦੇ ਸੂਜੇ ਦੇ ਵਿੱਚ ਪ੍ਰੈਸ਼ਰ ਕੀ ਰਹਿੰਦਾ ਕਨਸਟੈਂਟ ਦਾ ਆਈਸੋਕੋਰੀਕ ਬਚਾ ਇੱਕੋ ਹੀ ਵੋਲਿਊਮ ਦੇ ਵਿੱਚ ਵੋਲਿਊਮ ਕਨਸਟੈਂਟ ਰਹਿੰਦਾ ਨੈਕਸਟ ਦੇਖੋ ਰਿਵਰਸੀਬਲ ਰਿਵਰਸੀਬਲ ਕੀ ਹੁੰਦਾ ਜਿਹੜਾ ਰਿਵਰਸ ਹੋ ਜਾਂਦਾ ਠੀਕ ਹੈ ਅ ਪ੍ਰੋਸੈਸ ਇਨ ਵਿੱਚ ਡਾਇਰੈਕਸ਼ਨ ਮੀ ਬੀ ਰਿਵਰਸਡ ਐਟ ਐਨੀ ਸਟੇਜ ਬਾਈ ਮੀਰਲੀ ਸਮਾਲ ਚੇਂਜ ਇਨ ਦਾ ਵਰੀਏਬਲ ਮਤਲਬ ਟੈਂਪਰੇਚਰ ਪ੍ਰੈਸ਼ਰ ਥੋੜਾ ਜਿਹਾ ਤੁਸੀਂ ਚੇਂਜ ਲੈਂਦਾ ਉਹਦੇ ਵਰੀਏਬਲਸ ਦੇ ਵਿੱਚ ਤਾਂ ਤੁਸੀਂ ਉਹ ਰਿਵਰਸ ਕਰ ਦਿੱਤਾ ਉਨਕੇ ਨੇ ਆ ਪਾ ਰਿਵਰਸੀਬਲ ਫੋਰਸ ਦੇਰਫੋਰ ਰਿਵਰਸੀਬਲ ਦੇਰਫੋਰ ਇਨ ਦਾ ਰਿਵਰਸੀਬਲ ਪ੍ਰੋਸੈਸ ਡਰਾਈਵਿੰਗ ਫੋਰਸ ਇਜ਼ ਓਨਲੀ ਇਨਫਾਈਨਟ স্মਲ ਜਿਹੜੀ ਆ ਗ੍ਰੇਟਰ ਦਨ ਓਪੋਜ਼ਿੰਗ ਫੋਰਸ ਇਸ ਕੈਰੀਡ ਆਊਟ ਬਾਈ ਥੋੜਾ ਜਿਹਾ ਮਤਲਬ ਕਿ ਆਊਟ ਇਨਫਾਈਨਟ ਸਲੋਲੀ ਇਨ ਥਿਸ ਪ੍ਰੋਸੈਸ ਐਟ ਐਵਰੀ ਇਨਸਟੈਂਟ ਹਰ ਟਾਈਮ ਕੀ ਹੋ ਰਿਹਾ ਦਾ ਸਿਸਟਮ ਰਿਮੇਨ ਵਰਚੂਅਲੀ ਇਨ ਦੀ ਸਟੇਟ ਆਫ ਇਕੁਇਲਿਬ੍ਰੀਅਮ ਵਿਦ ਸਰਾਊਂਡਿੰਗ ਇਰਿਵਰਸੀਬਲ ਚ ਉਲਟਾ ਜਿਹੜਾ ਰਿਵਰਸ ਨਹੀਂ ਹੋ ਸਕਦਾ ਠੀਕ ਹੈ ਇਹਦੇ ਵਿੱਚ ਜਿਹੜੀ ਫਿਰ ਡਰਾਈਵਿੰਗ ਫੋਰਸ ਉਹ ਵੈਰੀ ਡਿ ਠੀਕ ਹੈ ਜ਼ਿਆਦਾਤਰ ਜਿਹੜੇ ਨੇਚਰਲ ਪ੍ਰੋਸੈਸ ਆ ਸਾਰੇ ਇਰਰਵਰਸੀਬਲ ਹੀ ਹੁੰਦੇ ਆ ਜ਼ਿਆਦਾਤਰ ਡਿਫਰੈਂਸ ਦੇਖ ਲੈਣਾ ਆਪਾਂ ਜਿਹੜੇ ਰਿਵਰਸ ਹੋ ਗਏ ਠੀਕ ਹੈ ਸਮਾਲ ਚੇਂਜਸ ਨਾਲ ਜਿਹੜੇ ਰਿਵਰਸ ਨਹੀਂ ਹੋਏ ਇਹਦੇ ਵਿੱਚ ਕੀ ਹੁੰਦਾ ਡਰਾਈਵਿੰਗ ਫੋਰਸ ਜਿਹੜੀ ਓਨਲੀ ਇਨਫਾਈਨਾਈਟਲੀ ਸਮਾਲ ਗ੍ਰੇਟਰ ਦੈਨ ਠੀਕ ਹੈ ਮਤਲਬ ਗ੍ਰੇਟਰ ਦੈਨ ਅਪੋਜ਼ਿੰਗ ਫੋਰਸ ਨਾਲ ਇਹਦੇ ਵਿੱਚ ਡਿਫਰੈਂਟ ਹੈ ਕੈਰੀਡ ਆਊਟ ਇਨਫਾਈਨਾਈਟਲੀ ਇਨਫਾਈਨਾਈਟਲੀ ਸਮਾਲ ਸਮਾਲੀ ਸਲੋਲੀ ਬਟ ਇਹ ਬਹੁਤ ਤੇਜ਼ੀ ਨਾਲ ਹੁੰਦੇ ਆ ਇਹ ਬਹੁਤ ਸਲੋਲੀ ਹੁੰਦੇ ਆ ਐਟ ਐਨੀ ਸਟੇਜ ਡਿਊਰਿੰਗ ਦਾ ਪ੍ਰੋਸੈਸ ਇਕੁਲਿਬ੍ਰੀਅਮ ਇਜ਼ ਨਾਟ ਡਿਸਟਰਬ ਜਿੱਦਾਂ ਹਰ ਇਨਸਟੈਂਟ ਤੇ ਇਕੁਲਿਬ੍ਰੀਅਮ ਰਹਿੰਦਾ ਨਾ ਅਸੀਂ ਪੜਿਆ ਹੀ ਡਿਸਟਰਬ ਨਹੀਂ ਹੁੰਦਾ ਇਹਦੇ ਵਿੱਚ ਜਿਹੜਾ ਆ ਉਹ ਐਗਜ਼ਿਸਟ ਕਰੇਗਾ ਓਨਲੀ ਜਦੋਂ ਕੰਪਲੀਟ ਹੋ ਗਈ ਰਿਐਕਸ਼ਨ ਇਟ ਇਜ਼ ਓਨਲੀ ਇਮੇਜਿਨਰੀ ਐਂਡ ਕੈਨ ਇਹ ਐਕਚੁਅਲੀ ਚ ਅਸਟੀਵ ਕਰਨੇ ਸੌਖੇ ਨਹੀਂ ਹੁੰਦੇ ਠੀਕ ਹੈ ਸੋ ਇਹ ਤਾਂ ਮੈਂ ਦੱਸਿਆ ਜਿਆਦਾ ਪ੍ਰੋਸੈਸ ਹੁੰਦੇ ਰਿਵਰਸੀਬਲ ਤੇ ਇਹੀ ਇਹ ਚ ਮੈਕਸਿਮਮ ਅਸੀਂ ਵਰਕ ਲੈ ਸਕਦੇ ਹਾਂ ਮੈਕਸਿਮਮ ਠੀਕ ਹੈ ਜੇ lata ਨੂੰ ਪਤਾ 100% ਵਰਕ ਤਾਂ ਕਿਤੇ ਵੀ ਨਹੀਂ ਮਿਲਦਾ ਤਾਂ ਹੀ ਐਕਚੁਅਲੀ ਜਿਹੜੇ ਐਕਚੁਅਲ ਪ੍ਰੋਸੈਸ ਨਹੀਂ ਹੈ ਕਿ ਕਿਉਂਕਿ ਜਿਹ ਮੈਕਸਿਮਮ ਵਰਕ ਜਿਹੜਾ ਉਹ ਲਿਆ ਜਾ ਸਕਦਾ ਠੀਕ ਹੈ ਇਹ ਚ ਮੈਕਸਿਮਮ ਨਹੀਂ ਹੁੰਦਾ ਨੇਚੁਰਲ ਹੈਗੇ नेक्स्ट ਦੇਖੋ ਕੁਝ ਕੁਐਸਚਨ ਹੈਗੇ ਕਲਾਸੀਫਾਈ ਦਾ ਫੋਲੋਇੰਗ ਐਜ਼ ਓਪਨ ਸਿਸਟਮ ক্লোਜ਼ਡ ਆਈਸੋਲੇਟਡ ਇੱਕ ਬੀਕਰ ਆ ਕੰਟੇਨ ਕਰ ਰਿਹਾ ਬੋਇਲਿੰਗ ਵਾਟਰ ਹਣਾ ਇੱਕ ਬਿੱਕਰ ਜੇ ਦੀ ਬੋਇਲਿੰਗ ਵਾਟਰ ਰੱਖਿਆ ਕਿਹੜਾ ਸਿਸਟਮ ਹੋਗਾ ਓਪਨ ਕਿਉਂਕਿ ਉਹਨੇ ਮਾਸ ਵੀ ਐਕਸਚੇਂਜ ਕਰਨਾ ਆਪਣੀ ਐਨਰਜੀ ਵੀ ਕੈਮੀਕਲ ਰੈਕਸ਼ਨ ਟੇਕਿੰਗ ਪਲੇਸ ਇਨ ਐਨਕਲੋਜ਼ਡ ਫਲਾਸਕ ਕਿਸੇ ਬੰਦ ਫਲਾਸਕ ਦੇ ਵਿੱਚ ਫੇਕ ਹੋਗਾ ক্লোਜ਼ ਕੱਪ ਆਫ ਟੀ ਔਨ ਟੇਬਲ ਟੇਬਲ ਤੇ ਉਹਦੀ ਕੱਪ ਆਫ ਟੀ ਰੱਖਿਆ ਓਪਨ ਸਿਸਟਮ ਓਪਨ ਹੈਗਾ ਹੌਟ ਵਾਟਰ ਪਲੇਸਡ ਇਨ ਪਰਫੈਕਟਲੀ ਇਨਸੂਲੇਟਡ ক্লোਜ਼ ਹੁਣ ਇਨਸੂਲੇਟਡ ਦੀ ਗੱਲ ਆ ਗਈ ਫਿਰ ਕੀ ਹੋਗਾ ਆਈਸੋਲੇਟਡ ਸਿਸਟਮ ਥਰਮੋ ਫਲਾਸਕ ਦੀ ਕੋਈ ਚੀਜ਼ ਆ ਫਿਰ ਵੀ ਆਈਸੋਲੇਟਡ ਕਲੀਅਰ ਆ ਸੌਖੀ ਆ ਕੁਸ਼ ਸੌਖਾ ਨਹੀਂ ਈਜ਼ੀ ਹੈਗੇ ਆ ਕੱਲ ਨਾਲ ਜੇ ਵੀਡੀਓ ਪਸੰਦ ਆ ਲਾਈਕ ਐਂਡ ਕਮੈਂਟ ਕਰਕੇ ਦੱਸਣਾ ਥੈਂਕਸ ਫॉर ਵਾਚਿੰਗ ਦ ਵੀਡੀਓ